ਵਿਸ਼ਵ ਹਿੰਦੂ ਪਰਿਸ਼ਦ ਫਗਵਾੜਾ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਫਗਵਾੜਾ ਵੱਲੋਂ ਅਯੋਧਿਆ ਵਿਖੇ ਬਣੇ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਕਾਰਜ ਦੇ ਪੂਰਾ ਹੋਣ ਦੀ ਖੁਸ਼ੀ ਵਿੱਚ ਪੂਜਿਤ ਅਕਸ਼ਿਤ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਕਲਸ਼ ਯਾਤਰਾ ਗੀਤਾ ਭਵਨ ਮੰਦਿਰ ਮਾਡਲ ਟਾਊਨ ਫਗਵਾੜਾ ਤੋਂ ਪੂਰੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ, ਜੋ ਕਿ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਪ੍ਰਾਚੀਨ ਸ਼ਿਵ ਮੰਦਿਰ ਪੱਕਾ ਬਾਗ ਫਗਵਾੜਾ ਵਿਖੇ ਸਮਾਪਤ ਹੋਈ, ਜਿੱਥੇ ਕਿ ਮੰਦਿਰ ਕਮੇਟੀ ਦੇ ਪ੍ਰਧਾਨ ਇੰਦਰਜੀਤ ਕਾਲੜਾ ਵੱਲੋਂ ਯਾਤਰਾ ਵੀ ਸ਼ਾਮਲ ਸਾਰੇ ਹੀ ਸ਼੍ਰੀ ਰਾਮ ਭਗਤਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਯਾਤਰਾ ਦਾ ਜਿੱਥੇ ਥਾਂ ਥਾਂ 'ਤੇ ਸ਼ਰਧਾਲੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਹੀ ਇਸ ਯਾਤਰਾ ਦੌਰਾਨ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਭਾਜਪਾ ਦੇ ਸੀਨੀਅਰ ਨੇਤਾ ਆਸ਼ੂ ਸਾਂਪਲਾ, ਪੰਕਜ ਚਾਵਲਾ, ਇੰਦਰਜੀਤ ਕਰਵਲ, ਵਿਨੋਦ ਬਰਮਾਨੀ, ਬੰਟੀ ਵਾਲੀਆ, ਜਤਿੰਦਰ ਬਰਮਾਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੀ ਰਾਮ ਭਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਰਾਮ ਸੇਵਕ ਸਾਰੇ ਹੀ ਰਾਮ ਭਗਤਾਂ ਦੇ ਘਰ ਘਰ ਜਾ ਕੇ ਸਾਰੇ ਰਾਮ ਭਗਤਾਂ ਨੂੰ ਮੰਦਿਰ ਵਿਖੇ ਪਹੁੰਚਣ ਦਾ ਸੱਦਾ ਦੇਣਗੇ ਅਤੇ 22 ਜਨਵਰੀ ਨੂੰ ਇਸ ਮੰਦਿਰ ਵਿੱਚ ਸ਼੍ਰੀ ਰਾਮ ਚੰਦਰ ਜੀ ਆਪਣੇ ਘਰ ਵਿੱਚ ਮੌਜੂਦ ਹੋਣਗੇ। ਉਹਨਾਂ ਕਿਹਾ ਕਿ ਹਿੰਦੂ ਸਮਾਜ ਲਈ ਇਹ ਬਹੁਤ ਵੱਡਾ ਦਿਨ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 500 ਸਾਲ ਦੇ ਇੰਤਜ਼ਾਰ ਤੋਂ ਬਾਅਦ, ਲੱਖਾਂ ਹੀ ਕਾਰ ਸੇਵਕਾਂ ਦੀ ਸ਼ਹਾਦਤ ਤੋਂ ਬਾਅਦ 22 ਜਨਵਰੀ ਵਾਲਾ ਦਿਨ ਉਹ ਬੜਾ ਭਾਗਾਂ ਵਾਲਾ ਦਿਨ ਹੈ, ਜਿਸ ਵਕਤ ਸ਼੍ਰੀ ਰਾਮ ਲਲਾ ਆਪਣੇ ਘਰ ਦੇ ਵਿੱਚ ਵਿਰਾਜਮਾਨ ਹੋਊਗੇ, ਆਪਣੇ ਮੰਦਿਰ ਦੇ ਵਿੱਚ ਵਿਰਾਜਮਾਨ ਹੋਊਗੇ। ਉੱਥੋਂ ਪੂਜਿਤ ਅਕਸ਼ਤ ਪੀਲੇ ਰੰਗ ਦੇ ਵਿੱਚ ਚਾਵਲ ਔਰ ਰਾਮ ਲਲਾ ਦਾ ਚਿੱਤਰ ਨਿਮੰਤਰਣ ਹਿੰਦੂ ਸਮਾਜ ਔਰ ਸਾਰੇ ਸਮਾਜ ਨੂੰ, ਜੋ ਵੀ ਸਮਾਜ ਹੈ ਉਸ ਨਿਮੰਤਰਣ ਦੇਣਾ ਹੈ, ਆਓ ਭਗਵਾਨ ਰਾਮ ਲਲਾ ਦੇ ਪ੍ਰਾਣ ਪ੍ਰਤਿਸ਼ਠਾ ਕਾਰਜਕ੍ਰਮ ਦੇ ਵਿੱਚ ਸ਼ਾਮਲ ਹੋਈਏ। ਜੋ ਅਯੋਧਿਆ ਜਾ ਸਕਦਾ ਹੈ ਉਹ ਅਯੋਧਿਆ ਜਾਵੇ, ਜੋ ਲਾਈਵ ਟੈਲੀਵਿਜ਼ਨ ਦੇਖਦਾ ਹੈ ਉਹ ਦੇਖਣਾ ਚਾਹੁੰਦਾ ਲਾਈਵ ਦੇਖੇ, ਜੋ ਮੋਬਾਈਲ 'ਤੇ ਦੇਖਣਾ ਚਾਹੁੰਦਾ ਉਹ ਮੋਬਾਈਲ 'ਤੇ ਦੇਖੇ। ਸਭ ਨੂੰ ਰਾਮ ਭਗਤਾਂ ਨੂੰ ਇਸ ਲਾਈਵ ਕਾਰਜਕ੍ਰਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਰਾਮ ਸੇਵਕ ਸਾਰੇ ਰਾਮ ਭਗਤਾਂ ਦੇ ਘਰ ਘਰ ਜਾਣਗੇ, ਉੱਥੇ ਪੂਜਿਤ ਅਕਸ਼ਤ ਪੀਲੇ ਰੰਗ ਦੇ ਅਕਸ਼ਤ ਚਾਵਲ ਉਹ ਘਰ ਘਰ ਉਹ ਨਿਮੰਤਰਣ ਦੇਣਗੇ। ਇਸ ਮੰਦਿਰ ਦੇ ਵਿੱਚ ਸ਼ਾਮਲ ਹੋਵੋ, ਆਪਣਾ ਜੀਵਨ ਸਫਲ ਬਣਾਓ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਆਜ ਕੇ ਉਲਾਸ ਕੋ ਦੇਖਤੇ ਹੋਏ, ਜਿਤਨਾ ਫਗਵਾੜਾ ਮੇ ਉਤਸਾਹ ਹੈ, ਜਿਤਨਾ ਹਮਾਰਾ ਯੁਵਾ ਵਰਗ ਹਮਾਰੇ ਸਾਥ ਜੁੜਾ ਹੈ, ਭਗਵਾਨ ਸ਼੍ਰੀ ਰਾਮ ਮੈਂ ਹੋ ਚੁੱਕਾ ਹੈ ਪੂਰਾ ਆਜ ਸ਼ਹਿਰ। ਜਿਤਨਾ ਯਹਾਂ ਪਰ ਉਤਸਾਹ ਮਿਲ ਰਹਾ ਹੈ, ਜਿਤਨਾ ਯਹਾਂ ਕੇ ਲੋਗੋ ਮੇ ਉਤਸਾਹ ਦਿਖ ਰਹਾ ਹੈ, ਮੈਂ ਆਪਣੇ ਫਗਵਾੜਾ ਵਾਸੀਓ ਕੇ ਲੀਏ, ਵਿਸ਼ੇਸ਼ ਰੂਪ ਸੇ ਮੇਰਾ ਜੋ ਯੁਵਾ ਵਰਗ ਹੈ, ਜੋ ਮੇਰੇ ਆਗੇ ਆਨੇ ਵਾਲੀ ਪੀੜ੍ਹੀਆਂ ਹੈ, ਉਨਕੇ ਲੀਏ ਐਸਾ ਮੌਕਾ ਬਹੁਤ ਕਮ ਮਿਲਤਾ ਹੈ ਕਿ ਹਮ ਉਸ ਭਗਵਾਨ ਰਾਮ ਜਿਸਕੇ ਲੀਏ ਹਮਾਰੇ 500 ਵਰਸ਼ੋਂ ਸੇ ਹਮਾਰੀ ਯੁਗੋਂ ਯੁਗੋਂ ਸੇ ਪੀੜ੍ਹੀਓ ਨੇ ਪ੍ਰਯਾਸ ਕੀਏ, ਆਜ ਹਮੇ ਯੇ ਮੌਕਾ ਮਿਲ ਰਹਾ ਹੈ ਕਿ ਹਮ ਉਸ ਭਗਵਾਨ ਰਾਮ ਕੀ ਪ੍ਰਾਣ ਪ੍ਰਤਿਸ਼ਠਾ ਕੇ ਕਾਰਜਕ੍ਰਮ ਮੇ ਆਪਣੇ ਫਗਵਾੜਾ ਕੀ ਤਰਫ ਸੇ ਇਸ ਕਲਸ਼ ਯਾਤਰਾ ਕੋ ਲੇਕਰ ਨਿਕਲ ਰਹੇ ਹੈ। ਮੈਂ ਆਪਣੀ ਤਰਫ ਸੇ ਆਪਣੇ ਸਹਿਯੋਗੀ ਜੋ ਮੇਰੇ ਰਾਮ ਤੀਰਥ ਸਥਲ ਕੇ ਜੋ ਸਾਥੀ ਹੈ, ਜੋ ਮੇਰੇ ਸਾਥ ਮੇਰਾ ਪੂਰਾ ਸਾਥ ਦੇ ਰਹੇ ਹੈ, ਮੈਂ ਫਗਵਾੜਾ ਨਿਵਾਸੀਓ ਕੋ ਇੱਕ ਵਾਰ ਬਹੁਤ ਦਿਲ ਸੇ ਵਧਾਈ ਦੇਤਾ ਹੂੰ, ਔਰ ਆਸ਼ਾ ਕਰਤਾ ਹੂੰ ਕਿ ਆਪਣੇ ਕਾਰਿਆ ਮੇ ਹਮ ਇਸੀ ਪ੍ਰਕਾਰ ਆਗੇ ਬੜ੍ਹਤੇ ਹੋਏ। 22 ਜਨਵਰੀ ਜਬਕਿ ਪੂਰੇ ਦੇਸ਼ ਮੇ ਦੀਪਾਵਲੀ ਕਾ ਕਾਰਜਕ੍ਰਮ ਹੋਗਾ, ਉਸ ਸਮੇਂ ਹਮ ਇਸੀ ਉਤਸਾਹ ਔਰ ਉਲਾਸ ਕੋ ਬਣਾ ਕੇ ਰੱਖੇਂਗੇ।